स्वागत है किसान वीरों तुहाडा सिद्क डेयरी फार्मिंग दे विच। किसान वीरों अज जिहड़ी वीडियो बना रहे हैं पिंड बरगाड़ी, बरगाड़ी पिंड फरीदकोट जिले का जैतो तहसील है, मेन रोड दोस्तों कोटकपुरे तो बाजे खाने वाले दे उत्ते आउंदा। इस पिंड दे विचों जे आपां गल करिए दोस्तों वीडियो की, तो तुसीं रोजाना की एक वीडियो मान लो, कई बार इदां हो जाता भी एक वीडियो बनाउण आईदा तो दो वीडियो इत्थों बना के जाईदियां है, क्योंकि पिंड वड्डा है, कस्बा है लगभग, तो हरेक घरे पशु जिहड़े ओह रखे है, पशु भी चंगी गिणती दे विच मेहनती वीर देखण नूं मिलदे आ। जे अज जिहड़े घर चों वीडियो बना रहे हैं इत्थे भी वीर नूं देखणा होवे तां बहुत मेहनत करदा है। पशु भी दोस्तों गिणती तुसीं सामने गावां भी देख सकते हो, इधर मझां नाल झोटियां, इह तों बिना वीर दा आटे चक्की दा भी कम ते पता नहीं होर की कम इह वीर कर रहा है, मेहनती वीर। ते अज दोस्तों बाई कोलों दो मझां दी वीडियो बना रहे हैं जिहड़ियां वकाऊ आ, दोनों पहला सूआ शायद सुनगा, बाकी डिटेल आप इन्हां बारे पुछदे आ बाई तों। वीडियो नूं एंड तक देखो, जिहड़ा नग तुहानूं पसंद आजूगा तसली आप आके करनी है, आपदी तसली नाल तुसीं खरीद सकदे हो। आओ वीर नाल गलबात करिए। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਵੀਰੇ ਆਪਦਾ? ਮੇਰਾ ਨਾਮ ਬੂਟਾ ਸਿੰਘ ਜੀ। ਠੀਕ ਹੈ ਬੂਟੇ ਬਾਈ, ਪਸ਼ੂ ਜਿਹੜੇ ਆ ਫਿਰ ਆਪ ਹੀ ਸੰਭਾਲ ਕਰਦਾ ਇਹਨਾਂ ਦੀ? ਹਾਂ ਜੀ ਆਪ ਹੀ ਕਰੀਦਾ, ਹੋਰ ਬਾਹਰਲਾ ਤਾਂ ਕੋਈ ਕੰਮ ਨਹੀਂ ਗਾ, ਘਰ ਕਰਦਾ ਹੀ ਇਹ ਸਾਰਾ ਕਰਦਾ ਕੰਮ। ਠੀਕ ਹੈ, ਨਾਲ ਫਿਰ ਚੱਕੀ ਵੀ ਇਹਨਾਂ ਚੱਲਦੀ? ਹਾਂ ਚੱਕੀ ਦਾ ਪੱਠਿਆਂ ਪੁੱਠਿਆਂ ਦਾ ਹੋ ਜਾਂਦਾ। ਠੀਕ ਹੈ। ਅੱਛਾ ਵੀਰ, ਜਿਹੜੀਆਂ ਅੱਜ ਆਪਾਂ ਝੋਟੀਆਂ ਵਕਾਊ ਕੀਤੀਆਂ ਚੋਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ, ਪਹਿਲਾ ਸੂਆ ਹੀ ਸੂਆ? ਹਾਂ ਜੀ ਪਹਿਲਾ ਸੂਆ ਹੀ। ਉਮਰ ਅੰਦਾਜ਼ਾ ਕਿੰਨੀ ਹੋਊਗੀ ਬਾਈ ਇਹਦੀ? 4.5 ਸਾਲ ਤੇ। 4.5 ਸਾਲ ਹੋਊਗੀ। ਕਿੰਨੇ ਕਿ ਦਿਨ ਲੈਂਦੀ ਹੈ ਬਾਈ ਸੂਣ ਚ? ਇਹ 10 ਦਿਨ 11 ਦਿਨ ਲੈਂਦੀ ਹੈ। 10 11 ਦਿਨ ਹਜੇ ਲੈ ਜੂਗੀ। ਕੀ ਰੇਟ ਰੱਖਿਆ ਬਾਈ ਇਹਦਾ? ਇਹਦਾ ਜੀ 85,000 ਰੁਪਏ। 85,000। ਦੱਸੋ, ਸੋਹਣੇ ਸਿੰਘਾਂ ਦੀ ਹੈ, ਬਿਲਕੁਲ ਕੁੰਡੇ ਸਿੰਘ ਹੈ। ਉਮਰ ਤੁਹਾਨੂੰ ਦੱਸ ਹੀ ਦਿੱਤੀ ਹੈ, 4.5 ਸਾਲ ਉਮਰ ਹੋਊਗੀ। ਖੋਲੀ ਵੀਰੇ ਤੋਰੀਆਂ ਨੂੰ, ਵੇਲ ਚੰਗੀ ਹੈ, ਕੱਦ ਚੰਗਾ, ਜਦੋਂ ਤੁਰੂਗੀ ਉਦੋਂ ਹਵਾਨਾ ਤੁਹਾਨੂੰ ਦਿਸ ਜਾਣਾ। ਦੋਸਤੋ 85,000 ਰੇਟ ਵੀਰ ਨੇ ਕੀਤਾ, ਜਿਹਨੂੰ ਵੀ ਝੋਟੀ ਪਸੰਦ ਆਊਗੀ ਆ ਕੇ ਦੇਖਿਓ, ਆਪਦੀ ਤਸੱਲੀ ਕਰ ਸਕਦੇ ਹੋ। ਵਜਨ ਨਾਲ ਕਈ ਵਾਰ ਹੋ ਜਾਂਦਾ ਅਤੇ ਪਿਛਲੇ ਪੈਰ ਥੋੜ੍ਹੇ ਜਿਹੇ ਜਿਹੜੇ ਮੁੱਠੇ ਉਹ ਆਪਾਂ ਥੱਲੇ ਨੂੰ ਦੇਖਦੇ ਹਾਂ ਨੀਵੇਂ ਇਹਦੇ ਬੈਠੇ ਹੋਏ ਆ। ਹਵਾਨਾ ਵੀ ਸੋਹਣਾ ਅਤੇ ਥਣ ਵੀ ਨਿਖੜਵੇਂ ਆ। 10-11 ਦਿਨਾਂ ਦੀ ਹਜੇ ਕੱਚੀ ਹੈ, ਦਿਨ ਹਜੇ ਲੈਂਦੀ ਹੈ, ਤੁਰਦੀ ਤੋਂ ਹਵਾਨਾ ਤੁਹਾਨੂੰ ਦਿਸਦਾ ਹੋਊਗਾ, ਸੋਹਣਾ ਹਵਾਨਾ ਦਿਖਾਉਂਦੀ ਹੈ। ਬਾਕੀ ਜੋ ਚੀਜ਼ ਹੈ ਤੁਹਾਡੇ ਸਾਹਮਣੇ ਹੈ, ਗੋਹਾ ਕਰ ਲੈਂਦੀ ਵੀਰੇ, ਨਾਲੇ ਹਵਾਨਾ ਦਿਖਾ ਦੂਗੀ ਇਹਨਾਂ ਨੇ। ਦੱਸੋ ਹੁਣ ਇਹ ਗੋਹਾ ਕਰੂਗੀ ਤਾਂ ਹਵਾਨਾ ਤੁਹਾਨੂੰ ਉਦੋਂ ਕਲੀਅਰ ਦਿਸੂਗਾ, ਕਿਉਂਕਿ ਪਸ਼ੂ ਜੋ ਗੋਹਾ ਕਰਦਾ ਉਦੋਂ ਹਵਾਨਾ ਪ੍ਰੋਪਰ ਦਿਖਾ ਲੈਂਦਾ। ਸੋ ਇਹ ਪਹਿਲੇ ਨੰਬਰ 'ਤੇ ਝੋਟੀ ਹੈ, ਕੋਸ਼ਿਸ਼ ਕਰੂੰਗਾ ਥੋੜ੍ਹਾ ਜਿਹਾ ਨੇੜੇ ਹੋ ਕੇ ਤੁਹਾਨੂੰ ਇਹਦਾ ਹਵਾਨਾ ਦਿਖਾਉਣ ਦੀ। ਹਾਂ ਬਈ ਲੈ ਚੱਲ। ਸੋ ਇਹ ਦੱਸੋ ਪਹਿਲੇ ਨੰਬਰ 'ਤੇ ਝੋਟੀ ਸੀ ਜਿਹੜੀ ਵਿਕਰੀ ਵਾਲੀ ਹੈ ਬਾਈ ਕੋਲ, ਪਹਿਲਣੀ ਝੋਟੀ ਹੈ। ਇਹ ਤੋਂ ਬਿਨਾਂ ਇੱਕ ਝੋਟੀ ਹੋਰ ਬਾਈ ਕੋਲ ਵਿਕਰੀ ਵਾਲੀ ਹੈ, ਉਹਦੇ ਬਾਰੇ ਵੀ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਹਾਂ, ਨਾਲ ਤੁਹਾਨੂੰ ਉਹ ਵੀ ਤੋਰ ਕੇ ਦਿਖਾ ਦੇਣਗੇ। ਬੂਟੇ ਬਾਈ, ਜਿਹੜੀ ਦੂਜੀ ਝੋਟੀ ਹੈ ਉਹ ਵੀ ਪਹਿਲਾਂ ਸੂਆ ਹੀ ਹੈ? ਹਾਂਜੀ ਉਹਦਾ ਵੀ ਪਹਿਲਾਂ ਸੂਆ ਹੀ। ਉਮਰ ਅੰਦਾਜ਼ਾ ਉਹਦੀ? ਉਹਦੀ ਵੀ ਤਕਰੀਬਨ ਇੱਕੋ ਜੀ ਹੈ, 4.5 ਸਾਲ। ਅੱਛਾ, ਇੰਨੀ ਕੀ ਉਮਰ ਉਹਦੀ ਹੈਗੀ ਹੈ? ਠੀਕ ਹੈ। ਅੱਛਾ, ਉਹਦਾ ਰੇਟ ਕੀ ਰੱਖਿਆ ਵੀਰ? ਉਹਦਾ ਰੇਟ ਜੀ 73,000 ਰੁਪਏ। 73,000। ਤੇ ਉਹ ਕਿੰਨੇ ਕੁ ਦਿਨ ਲੈਂਦੀ ਹੈ ਸੂਣ ਚ? ਅਗਲਾ ਤੇ ਪਿਛਲਾ ਥਾਣ ਹੈ, ਉਹਨਾਂ ਚ ਬਿੱਥੀ ਥੋੜੀ ਜੀ ਘੱਟ ਹੈ, ਦੂਜੇ ਪਾਸੇ ਵਾਲਿਆਂ ਚ ਬਿੱਥੀ 1/2 ਇੰਚ ਵੱਧ ਹੋਊਗੀ, ਮਤਲਬ ਬਿੱਥੀ ਹੈਗੀ ਹੈ, ਥਾਣ ਨਿਖੜਵੇਂ ਦਿਸਦੇ ਆ, ਪਰ ਜਿਹੜਾ ਬਹਿਣੀ ਵਾਲੇ ਪਾਸੇ ਅਗਲੇ ਤੇ ਪਿਛਲੇ ਥਾਣ ਚ ਬਿੱਥੀ ਮਾਮੂਲੀ ਜੀ ਘੱਟ ਹੈ, ਕੱਦ ਘੱਟ ਦੂਜੀ ਝੋਟੀ ਨਾਲੋਂ ਵੀ ਚੰਗਾ। ਖੋਲੀ ਬਾਈ ਤੋਰਦੇ ਇਹਨੂੰ ਵੀ, ਹਵਾਨਾ ਇਹ ਵੀ ਸੋਹਣਾ ਦਿਖਾਉਂਦੀ ਹੈ, ਹਜੇ 10 ਦਿਨ ਇਹ ਵੀ ਲੈਂਦੀ ਹੈ। ਸੋ ਕੱਚੀ ਹੈ ਦੋਸਤੋ ਝੋਟੀ, ਇਹ ਵੀ ਹਜੇ ਟਾਈਮ ਲਊਗੀ, ਪਹਿਲਣ ਪਸ਼ੂ ਸੂਣ ਤੋਂ ਵੀ ਕਈ ਵਾਰ ਮਹੀਨਾ ਮਹੀਨਾ ਬਾਅਦ 'ਚ ਹਵਾਨਾ ਬਣਾਉਂਦਾ ਰਹਿੰਦਾ, 40-45 ਦਿਨ ਆਮ ਤੌਰ 'ਤੇ ਮੰਨਿਆ ਜਾਂਦਾ ਵੀ ਪਹਿਲਣ ਪਸ਼ੂ ਲੈ ਜਾਂਦਾ ਪੀਕ ਲੈਵਲ 'ਤੇ ਆਉਂਦਿਆਂ ਆਉਂਦਿਆਂ। ਸੋਹਣੀ ਝੋਟੀ, 73,000 ਇਹਦਾ ਰੇਟ ਵੀਰ ਨੇ ਕੀਤਾ, ਪਹਿਲੀ ਝੋਟੀ ਦਾ ਰੇਟ 85,000 ਹੈ। ਇਹਦਾ ਵੀ ਕੱਦ ਬਹੁਤ ਹੈ ਝੋਟੀ ਦਾ, ਉੱਤੋਂ ਵੀ ਖੁੱਲ੍ਹੀ ਹੈ, ਬਸ ਬਹਿਣੀ ਵਾਲੇ ਪਾਸੇ 2 ਥਣ ਜਿਹੜੇ ਅਗਲਾ ਅਤੇ ਪਿਛਲਾ ਉਹ ਨੇੜੇ ਹੈ, ਦੂਜੇ ਪਾਸੇ ਨਾਲੋਂ ਇੱਧਰ ਬਿੱਥੀ ਥੋੜ੍ਹੀ ਜਿਹੀ ਘੱਟ ਹੈ, ਜਿਹੜੀ ਇਹਦੇ 'ਚ ਕਮੀ ਬਣਦੀ ਹੈ। ਸਿੰਘ ਬਾਰੇ ਮੈਂ ਪਹਿਲਾਂ ਹੀ ਦੱਸਤਾ ਵੀ ਇਹ ਥੋੜ੍ਹਾ ਜਿਹਾ ਖੁੱਲ੍ਹਾ, ਬਾਕੀ ਸਟਰਕਚਰ ਝੋਟੀ ਦਾ ਸੋਹਣਾ ਹੈ। 73,000 ਇਹਦਾ ਵੀਰ ਨੇ ਰੇਟ ਕੀਤਾ। ਬਾ ਲੈ ਚੱਲ ਬਈ, ਤੁਹਾਨੂੰ ਕੋਸ਼ਿਸ਼ ਕਰੂੰਗਾ ਜਦੋਂ ਰੁਕਦੀ ਹੈ ਉਦੋਂ ਬਹਿਣੀ ਵਾਲੇ ਪਾਸੇ ਦੇ ਜਿਹੜਾ ਅਗਲਾ ਪਿਛਲਾ ਥਾਣ ਉਹ ਨੇੜਿਓਂ ਦਿਖਾ ਦਿਆਂ, ਤਾਂ ਕਿ ਜਿਹੜਾ ਵੀਰ ਖਰੀਦਣ ਆਵੇ ਉਹਨੂੰ ਪਹਿਲਾਂ ਹੀ ਉਹ ਚੀਜ਼ ਦਾ ਪਤਾ ਹੋਵੇ। ਇੱਥੇ ਬਣ ਲੱਗ ਰਿਹਾ। ਸੋ ਇਹ ਝੋਟੀ ਜਿਹੜੀ ਦੋਸਤੋ ਪਹਿਲਾ ਸੂਆ ਇਹਨੇ ਸੂਣਾ। ਨੰਬਰ 22 ਦਾ ਦੋਸਤੋ ਸਕਰੀਨ ਉੱਤੇ ਹੈ, ਜਿਹੜੇ 'ਤੇ ਤੁਸੀਂ ਕਾਲ ਕਰਨੀ ਹੈ,
आके ਤੁਸੀਂ ਆਪ ਪਸ਼ੂ ਨੂੰ ਦੇਖਣਾ ਤਸੱਲੀ ਆਪ ਕਰ ਸਕਦੇ ਹੋ। ਇਧਰੋਂ ਤੁਹਾਨੂੰ ਮੈਂ ਥਣ ਜਿਹੜੇ ਆ ਜ਼ਰੂਰ ਉਹ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਅਗਲਾ ਤੇ ਪਿਛਲਾ ਥਣ ਜੇ ਤੁਸੀਂ ਇੱਥੋਂ ਦੇਖੋ ਥੋੜਾ ਜਿਹਾ ਨੇੜੇ ਰੱਖਦੀ ਹੈ। ਹੁਣ ਜਦੋਂ ਪੈਰ ਪੱਟੂਗੀ ਤਾਂ ਉਦੋਂ ਉਮੀਦ ਆ ਤੁਹਾਨੂੰ ਥਣ ਜਿਹੜੇ ਕੋਈ ਨਹੀਂ ਖੜੀ ਰਹਿੰਦੇ ਬਾਈ ਬੂਟੇ। ਸੋ ਆ ਕੇ ਜ਼ਰੂਰ ਦੋਸਤੋ ਤੁਸੀਂ ਦੇਖ ਸਕਦੇ ਹੋ। ਹਵਾਨਾ ਚੰਗਾ ਕੱਢਦੀ ਹੁੰਦੀ ਹੈ, ਸੋਹਣੀ ਝੋਟੀ ਤਿਆਰ ਹੋਊਗੀ। ਸੋ ਇਹ ਦੋਸਤੋ ਦੋ ਨਾਗਵੀਰ ਨੇ ਅੱਜ ਵਿਕਾਊ ਕੀਤੇ ਆ। ਇਹਨਾਂ ਚੋਂ ਕੋਈ ਵੀ ਪਸ਼ੂ ਤੁਹਾਨੂੰ ਪਸੰਦ ਹੋਵੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਧੰਨਵਾਦ।